तंदुरुस्त पंजाब के तहत आज राजपुरा के मिनी सेक्टर में राजपुरा केमिस्ट एसोसिएशन की मीटिंग प्रधान जगनंदन गुप्ता की अगुवाई में रखी गई। इसमें विशेष तौर पर हलका विधायक हरदयाल सिंह कम्बोज, SDM संजीव कुमार, DSP राजपुरा कृष्ण कुमार पैंथे पहुँचे। इस मीटिंग में पंजाब में नशे को खत्म करने के लिए पुलिस प्रशासन, लोकल प्रशासन और केमिस्ट एसोसिएशन को पाबंदी शुदा दवाइयाँ न बेचने को कहा। इस मौके एसोसिएशन के प्रधान जगनंदन गुप्ता ने विश्वास दिलाया कि हमारी यूनियन के सभी मेंबर ना तो कभी पाबंदी शुदा दवाई बेचते थे और ना ही आगे कभी बेचेंगे। इस मौके सभी विभाग के अधिकारी और सभी केमिस्ट उपस्थित थे। राजपुरा से पत्रकार तरुण शर्मा की रिपोर्ट। मैं नशे के खात्मे पंजाब सरकार दी नीतियां प्रोग्राम की सफलता हर किले पूरा सहयोग देवांगा। जय हिंद। रिस्पेक्टेड MLA साहब, आई होप सारे केमिस्ट वीर MC सेवा पत्रकार वीर, जिवें कि सानू तुहानू सारिआं नूं पता ही है कि अज असीं एकत्रित क्यों होए हां। पंजाब दे विच ड्रग अब्यूज जिहड़ा है डे बाय डे वधदा ही चला जा रहा है। इहदे रद्द पाउण लई सरकार वल्लों खास तौर पर सानू इंस्ट्रक्शनां दित्तीआं गईआं हन। ਅਤੇ ਉਹ ਇੰਸਟਰਕਸ਼ਨਾਂ ਦੇ ਬਾਰੇ ਅਸੀਂ ਗਾਹੇ ਵਗਾਹੇ ਮੀਟਿੰਗਾਂ ਵੀ ਕਰਦੇ ਹਾਂ ਅਤੇ ਉਹਦੇ ਬਾਰੇ ਕਾਰਵਾਈ ਵੀ ਕਰਦੇ ਹਾਂ। ਪਿਛਲੇ ਦਿਨੀ MLA ਸਾਹਿਬ ਨੂੰ ਹਦਾਇਤ ਹੋਈ ਸੀ ਕਿ ਸਾਰੇ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਅਸੀਂ ਸ਼ਹਿਰ ਦੇ ਵਿੱਚ ਵੀ ਅਤੇ ਪਿੰਡਾਂ ਦੇ ਵਿੱਚ ਵੀ ਜਿਹੜਾ ਸਰਕਾਰ ਵੱਲੋਂ ਡੈਪੋ ਪ੍ਰੋਗਰਾਮ ਬਣਾਇਆ ਗਿਆ ਸੀ ਡਰੱਗ ਅਬਿਊਸ ਪ੍ਰਵੈਂਸ਼ਨ ਆਫਿਸਰ, ਉਹਦੇ ਤਹਿਤ ਅਸੀਂ ਇੱਥੇ ਕਾਫੀ SDM ਸਾਹਿਬ ਨੇ ਅਤੇ ਮੈਂ ਇੱਥੇ ਕਾਫੀ ਮੀਟਿੰਗਾਂ ਕੀਤੀਆਂ ਨੇ। ਉਹਨਾਂ ਮੀਟਿੰਗਾਂ 'ਚ ਵੀ ਅਸੀਂ ਕਾਫੀ ਜਿਹੜੇ ਪਬਲਿਕ ਦਾ ਸਾਨੂੰ ਸਹਿਯੋਗ ਵੀ ਮਿਲਿਆ ਅਤੇ ਅਸੀਂ ਉਹਨੂੰ ਜਾਣਕਾਰੀ ਵੀ ਦਿੱਤੀ ਹੈ, ਟ੍ਰੇਨਿੰਗ ਵੀ ਦਿੱਤੀ ਹੈ ਅਤੇ ਉਹਨਾਂ ਨੇ ਇਲਾਕੇ ਵਿੱਚ ਜਾ ਕੇ ਬਹੁਤ ਵਧੀਆ ਕੰਮ ਵੀ ਕੀਤਾ ਹੈ ਅਤੇ ਸਾਡੇ ਕੋਲ ਇਨਫੋਰਮੇਸ਼ਨਾਂ ਵੀ ਆਈਆਂ। ਉਹਦੇ ਵਿੱਚ ਅਸੀਂ ਕਾਫੀ ਸਾਰੇ ਜਿਹੜੇ ਮਰੀਜ਼ ਸੀਗੇ ਡਿਜ਼ੀਜ਼ ਦੇ ਨਸ਼ੇ ਤੋਂ ਲਿਪਤ ਸੀਗੇ ਉਹਨਾਂ ਨੂੰ ਦਾਖਲ ਵੀ ਕਰਾਇਆ ਅਤੇ ਜਿਹੜੇ ਡਰੱਗ ਪੈਡਲਰ ਸੀਗੇ ਉਹਨਾਂ ਦੇ ਖਿਲਾਫ਼ ਅਸੀਂ ਕਾਰਵਾਈ ਵੀ ਕੀਤੀ ਹੈ। ਅਤੇ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ, ਬਾਕੀ ਗੱਲ SDM ਸਾਹਿਬ ਨੇ ਦੱਸੀ ਹੈ ਜਾਂ ਆਪਣੇ MLA ਸਾਹਿਬ ਕਰਨਗੇ, ਕਿ ਮੇਰੇ ਵੱਲੋਂ ਤਾਂ ਆਪਣੇ ਸਾਰੇ ਕੈਮਿਸਟ ਵੀਰਾਂ ਨੂੰ ਇੱਕ ਐਡਵਾਈਸ ਹੈਗੀ ਹੈ ਅਤੇ ਨਾਲ ਹੀ ਬਹੁਤ ਸਖ਼ਤ ਵਾਰਨਿੰਗ ਵੀ ਹੈਗੀ ਹੈ ਕਿ ਜਿਹੜੇ ਵੀ ਕੋਈ ਸੱਜਣ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਬਗੈਰ ਕੋਈ ਦਿੰਦੇ ਨੇ ਮੈਡੀਸਨ, ਉਹ ਮਿਹਰਬਾਨੀ ਕਰਕੇ ਨਾ ਦੇਣ ਔਰ ਬਕਾਇਦਾ ਦੁਕਾਨ ਦੇ ਬਾਹਰ ਲਿਖ ਕੇ ਵੀ ਲਾਇਆ ਜਾਵੇ ਕੈਮਿਸਟ ਸ਼ੋਪ ਦੇ ਬਾਹਰ ਕਿ ਇੱਥੇ ਏਦਾਂ ਦਾ ਕੋਈ ਡਰੱਗ ਜਿਹੜਾ ਕਿਸੇ ਨੂੰ ਨਾ ਉਪਲਬਧ ਨਹੀਂ ਕੀਤਾ ਜਾਏਗਾ। ਅੱਜ ਤੇ ਵਿਰਾਜਮਾਨ ਹਲਕਾ ਵਿਧਾਇਕ ਸਰਦਾਰ ਕੰਬੋਜ ਜੀ ਅਤੇ SDM ਸਾਹਿਬ ਅਤੇ ਪੈਂਥੇ ਸਰ, ਮੈਂ ਆਪਣੀ ਕਮਿਸ਼ਨ ਐਸੋਸੀਏਸ਼ਨ ਵੱਲੋਂ ਇਹੀ ਵਿਸ਼ਵਾਸ ਦਵਾਉਣਾ ਚਾਹੁੰਦਾ ਕਿ ਸਾਡਾ ਕਮਿਸ਼ਟ ਕੋਈ ਇਹੋ ਜਿਹਾ ਕੰਮ ਕਦੇ ਨਹੀਂ ਕਰੂਗਾ। ਜੇ ਕੋਈ ਕਰਦਾ ਵੀ ਸੀ ਤਾਂ ਉਹ ਵੀ ਬੰਦ ਨੇ, ਹੁਣ ਕੋਈ ਇਹੋ ਜਿਹਾ ਕੰਮ ਨਹੀਂ ਹੈ, ਕਰਦਾ ਹੀ ਨਹੀਂ ਕੋਈ। ਮੈਂ ਉਹਨਾਂ ਵੱਲੋਂ ਸਾਰਿਆਂ ਵੱਲੋਂ ਮੇਰੇ 150 ਦੇ ਕਰੀਬ ਮੈਂਬਰ ਨੇ, ਮੈਂ ਵਿਸ਼ਵਾਸ ਦਵਾਉਂਦਾ ਵੀ ਕੋਈ ਇਹੋ ਜਿਹਾ ਨਸ਼ਾ ਨੁਸ਼ੇ ਅੱਜ ਤਾਂ ਬਹੁਤ ਦੂਰ ਦੀ ਗੱਲ ਹੈ ਜੀ, ਕੁਛ ਨਹੀਂ ਇਹੋ ਜਿਹਾ, ਕੋਈ ਚੱਕਰ ਨਹੀਂ ਹੋਊਗਾ। ਮਤਲਬ ਜੇ ਕੋਈ ਇਹੋ ਜਿਹਾ ਕੋਈ ਕੰਮ ਵੀ ਕਰਦਾ ਆਪਾਂ ਤੁਹਾਡੇ ਨਾਲ ਖੜੇ ਹਾਂ ਵੀ ਆਪਾਂ ਉਹਦੇ ਬਾਅਦ ਜਿਹਦੀ ਵੀ ਕਾਰਵਾਈ ਹੋਊਗੀ ਬਣਦੀ ਕਾਰਵਾਈ ਆਪਾਂ ਨਾਲ ਕਰਾਵਾਂਗੇ। ਧੰਨਵਾਦ। ਕਿਉਂਕਿ ਤੁਸੀਂ ਆਪਣੇ ਕੰਮ ਦਾ ਇੱਕ ਬੜਾ ਵੱਡਾ ਜਿਹੜਾ ਹੈਗਾ ਸਮਾਂ ਕੱਢ ਕੇ ਇੱਥੇ ਆਏ ਹੋ, ਤੁਹਾਡਾ ਨਿੱਜੀ ਤੌਰ 'ਤੇ ਮੈਂ ਪੋਰਟਲ ਬਹੁਤ ਧੰਨਵਾਦ ਕਰਦਾ। ਥੈਂਕ ਯੂ ਵੈਰੀ ਮਚ।